ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ। ਅੱਜ ਤੁਸੀਂ ਇੱਥੇ ਤਰਸਿੱਕੇ ਦੇ ਵਿੱਚ ਦੇਖ ਰਹੇ ਹੋ ਚਾਰ ਜੂਨਾਂ ਦਾ ਵਿਸ਼ਾਲ ਅਤੇ ਵੱਡਾ ਇਕੱਠ ਅਸੀਂ ਕੀਤਾ ਵਾ। ਇਹ ਕਨਵੈਨਸ਼ਨ ਆ ਜੰਡਿਆਲਾ ਗੁਰੂ ਦੀ 2 ਜਨਵਰੀ ਦੀ ਜਿਹੜੀ ਮਹਾਂ ਰੈਲੀ ਆ ਉਹਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਾਂ। ਦੇਖੋ ਉਹਦੇ ਵਿੱਚ ਸਾਡਾ ਜਿਹੜਾ ਮੁੱਖ ਮੰਗ ਹੈਗੀ ਆ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਵਿਦੇਸ਼ਾਂ ਤੋਂ ਫਸਲਾਂ ਮੰਗਾਈਆਂ ਜਾ ਰਹੀਆਂ ਔਰ ਉਹਨਾਂ ਤੋਂ ਜਿਹੜੀ ਇੰਪੋਰਟ ਡਿਊਟੀ ਆ ਉਹਦੀ ਖਤਮ ਕੀਤੀ ਜਾ ਰਹੀ ਆ, ਜਿਹਦੇ ਨਾਲ ਭਾਰਤ ਦੀ ਮੰਡੀ ਅਸਲ ਵਿੱਚ ਉਹਨਾਂ ਨੇ ਤੋੜਨੀ ਮੋਦੀ ਸਰਕਾਰ ਨੇ। ਇੱਕ ਤਾਂ ਇਹ ਡਕਾਉਣਾ ਹੈਗਾ ਔਰ ਦੂਸਰਾ ਜਿਹੜਾ ਦਿੱਲੀ ਦੇ ਵਿੱਚ MSP ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਸੀ ਉਹ ਵਫਾ ਨਹੀਂ ਹੋਇਆ। ਇਹਦੇ ਨਾਲ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਮਿਲਿਆ ਹੈਗਾ, ਕੇਸ ਦਿੱਲੀ ਦੇ ਪਾਏ ਸੀਗੇ ਉਹ ਵਾਪਸ ਨਹੀਂ ਹੋਏ ਹੋਏ, ਔਰ ਇਹਦੇ ਨਾਲ ਦੀ ਨਾਲ ਜਿਹੜਾ ਫਸਲੀ ਬੀਮਾ ਯੋਜਨਾ ਵਾ ਉਹ ਵੀ ਸਹੀ ਢੰਗ ਨਾਲ ਲਾਗੂ ਨਹੀਂ ਹੋ ਸਕੀ। ਇਸ ਤਰੀਕੇ ਦੀਆਂ ਹੋਰ ਮੰਗਾਂ ਵਾਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਵੱਡੀ ਅਤੇ ਵਿਸ਼ਾਲ ਲਾਮਬੰਦੀ ਹੋ ਰਹੀ ਆ, ਔਰ ਜੰਡਿਆਲਾ ਗੁਰੂ ਦੀ ਮੰਡੀ ਅਤੇ ਜਿਹੜੀ 6 ਨੂੰ ਬਰਨਾਲੇ ਦੀ ਮੰਡੀ ਆ ਉਹਨਾਂ ਵਿੱਚ ਜਿਹੜਾ ਵਾ ਦਿੱਲੀ ਦੇ ਅੰਦੋਲਨ ਦਾ ਐਲਾਨ ਹੋਣਾ ਵਾ। ਅਸੀਂ ਸਾਰੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿੱਡਾ ਵੱਡਾ ਇਹ ਮਸਲਾ ਵਾ, ਜਿਵੇਂ ਕਾਰਪੋਰੇਟ ਘਰਾਣੇ ਹੁਣ ਖੇਤੀ ਸੈਕਟਰ ਨੂੰ ਨਿਗਲਣ ਵਾਸਤੇ ਤਿਆਰੀ ਕਰ ਰਹੇ ਆ, ਇਹ ਸਾਰਿਆਂ ਦੇ ਸਹਿਯੋਗ ਤੋਂ ਬਗੈਰ ਸੰਭਵ ਨਹੀਂ ਹੈਗਾ। ਚਾਹੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਹੋਣ, ਚਾਹੇ ਜਿੰਨੇ ਦੁਨੀਆ ਦੇਸ਼ ਦੇ ਬੁੱਧੀਜੀਵੀ ਹੋਣ, ਪੱਤਰਕਾਰ ਭਾਈਚਾਰਾ ਹੋਵੇ, NRI ਭਾਈਚਾਰਾ ਹੋਵੇ, ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਾਡਾ ਸਾਥ ਦਿਓ। ਧੰਨਵਾਦ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ। ਅੱਜ ਤੁਸੀਂ ਇੱਥੇ ਤਰਸਿੱਕੇ ਦੇ ਵਿੱਚ ਦੇਖ ਰਹੇ ਹੋ ਚਾਰ ਜੂਨਾਂ ਦਾ ਵਿਸ਼ਾਲ ਅਤੇ ਵੱਡਾ ਇਕੱਠ ਅਸੀਂ ਕੀਤਾ ਵਾ। ਇਹ ਕਨਵੈਨਸ਼ਨ ਆ ਜੰਡਿਆਲਾ ਗੁਰੂ ਦੀ 2 ਜਨਵਰੀ ਦੀ ਜਿਹੜੀ ਮਹਾਂ ਰੈਲੀ ਆ ਉਹਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਾਂ। ਦੇਖੋ ਉਹਦੇ ਵਿੱਚ ਸਾਡਾ ਜਿਹੜਾ ਮੁੱਖ ਮੰਗ ਹੈਗੀ ਆ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਵਿਦੇਸ਼ਾਂ ਤੋਂ ਫਸਲਾਂ ਮੰਗਾਈਆਂ ਜਾ ਰਹੀਆਂ ਔਰ ਉਹਨਾਂ ਤੋਂ ਜਿਹੜੀ ਇੰਪੋਰਟ ਡਿਊਟੀ ਆ ਉਹਦੀ ਖਤਮ ਕੀਤੀ ਜਾ ਰਹੀ ਆ, ਜਿਹਦੇ ਨਾਲ ਭਾਰਤ ਦੀ ਮੰਡੀ ਅਸਲ ਵਿੱਚ ਉਹਨਾਂ ਨੇ ਤੋੜਨੀ ਮੋਦੀ ਸਰਕਾਰ ਨੇ। ਇੱਕ ਤਾਂ ਇਹ ਡਕਾਉਣਾ ਹੈਗਾ ਔਰ ਦੂਸਰਾ ਜਿਹੜਾ ਦਿੱਲੀ ਦੇ ਵਿੱਚ MSP ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਸੀ ਉਹ ਵਫਾ ਨਹੀਂ ਹੋਇਆ। ਇਹਦੇ ਨਾਲ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਮਿਲਿਆ ਹੈਗਾ, ਕੇਸ ਦਿੱਲੀ ਦੇ ਪਾਏ ਸੀਗੇ ਉਹ ਵਾਪਸ ਨਹੀਂ ਹੋਏ ਹੋਏ, ਔਰ ਇਹਦੇ ਨਾਲ ਦੀ ਨਾਲ ਜਿਹੜਾ ਫਸਲੀ ਬੀਮਾ ਯੋਜਨਾ ਵਾ ਉਹ ਵੀ ਸਹੀ ਢੰਗ ਨਾਲ ਲਾਗੂ ਨਹੀਂ ਹੋ ਸਕੀ। ਇਸ ਤਰੀਕੇ ਦੀਆਂ ਹੋਰ ਮੰਗਾਂ ਵਾਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਵੱਡੀ ਅਤੇ ਵਿਸ਼ਾਲ ਲਾਮਬੰਦੀ ਹੋ ਰਹੀ ਆ, ਔਰ ਜੰਡਿਆਲਾ ਗੁਰੂ ਦੀ ਮੰਡੀ ਅਤੇ ਜਿਹੜੀ 6 ਨੂੰ ਬਰਨਾਲੇ ਦੀ ਮੰਡੀ ਆ ਉਹਨਾਂ ਵਿੱਚ ਜਿਹੜਾ ਵਾ ਦਿੱਲੀ ਦੇ ਅੰਦੋਲਨ ਦਾ ਐਲਾਨ ਹੋਣਾ ਵਾ। ਅਸੀਂ ਸਾਰੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿੱਡਾ ਵੱਡਾ ਇਹ ਮਸਲਾ ਵਾ, ਜਿਵੇਂ ਕਾਰਪੋਰੇਟ ਘਰਾਣੇ ਹੁਣ ਖੇਤੀ ਸੈਕਟਰ ਨੂੰ ਨਿਗਲਣ ਵਾਸਤੇ ਤਿਆਰੀ ਕਰ ਰਹੇ ਆ, ਇਹ ਸਾਰਿਆਂ ਦੇ ਸਹਿਯੋਗ ਤੋਂ ਬਗੈਰ ਸੰਭਵ ਨਹੀਂ ਹੈਗਾ। ਚਾਹੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਹੋਣ, ਚਾਹੇ ਜਿੰਨੇ ਦੁਨੀਆ ਦੇਸ਼ ਦੇ ਬੁੱਧੀਜੀਵੀ ਹੋਣ, ਪੱਤਰਕਾਰ ਭਾਈਚਾਰਾ ਹੋਵੇ, NRI ਭਾਈਚਾਰਾ ਹੋਵੇ, ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਾਡਾ ਸਾਥ ਦਿਓ। ਧੰਨਵਾਦ।